ਤੇ ਦਾਖਾ ਦੇ ਵਿੱਚ ਵਿਧਾਇਕ ਬਿਕਰਮ ਮਜੀਠੀਆ ਨੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਤੇ ਇਸ ਮੌਕੇ ਉਹਨਾਂ ਨੇ ਕਾਂਗਰਸ ਤੇ ਜੰਮ ਕੇ ਨਿਸ਼ਾਨੇ ਸਾਧੇ। ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਮਨਪ੍ਰੀਤ ਸਿੰਘ ਅਜਾਲੀ ਦੀ ਜਿਹੜੀ ਹੈਗੀ ਕੰਪੇਨਿੰਗ ਕਰ ਰਹੇ ਨੇ ਤੇ ਅੱਜ ਸਾਡੇ ਨਾਲ ਨੇ ਜੀ। ਅਜਾਲੀ ਜੀ ਕਿਸ ਤਰ੍ਹਾਂ ਦਾ ਹੁਣ ਕੰਪੇਨਿੰਗ ਤੋਂ ਹੁੰਗਾਰਾ ਮਿਲਦਾ ਜਿਹੜਾ ਦਿਨੋਂ ਦਿਨ ਤੁਸੀਂ ਅੱਜ ਹੁਣ ਡੋਰ ਸੰਭਾਲ ਲਈ ਹੈ ਇੱਥੇ? ਗੁਰੂ ਦੀ ਬਖਸ਼ਿਸ਼ ਨਾਲ ਜੀ ਔਰ ਲੋਕਾਂ ਨਾਲ ਜੋ ਧੋਖਾ ਹੋਇਆ ਔਰ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਰੋਡ ਸ਼ੋਅ ਸੀ ਉਹਨੂੰ ਫਲੋਪ ਸ਼ੋਅ 'ਚ ਦਾਖੇ ਦੇ ਲੋਕਾਂ ਨੇ ਤਬਦੀਲ ਕੀਤਾ। ਮੈਂ ਕੋਈ ਅੰਤਰਜਾਮੀ ਤਾਂ ਨਹੀਂ ਮਗਰ ਗੁਰੂ ਸੱਚੇ ਪਾਤਸ਼ਾਹ ਤੋਂ ਡਰ ਕੇ ਗੱਲ ਕਹਿੰਦਾ ਕਿ ਲੋਕਾਂ ਨੇ ਮਨ ਬਣਾ ਲਿਆ ਕਾਂਗਰਸ ਦੀ ਜ਼ਮਾਨਤ ਦਾਖੇ ਹਲਕੇ 'ਚ ਜ਼ਬਤ ਹੋ। ਜਲਾਲਾਬਾਦ 'ਚ ਵੀ ਅੱਜ ਕੱਢ ਰਹੇ ਰੋਡ ਸ਼ੋਅ ਕੱਢ ਰਹੇ ਨੇ ਜੀ, ਉਹ ਤਾਂ ਕੀ ਕਹਿਣਾ ਚਾਹੁੰਦੇ? ਜਲਾਲਾਬਾਦ 'ਚ ਤਾਂ ਅੱਗੇ ਕੰਮ ਹੋ ਗਿਆ ਜੀ। ਅੱਜ ਮੈਨੂੰ ਪਤਾ ਲੱਗਿਆ ਉਹਨਾਂ ਦੇ ਜਿਹੜੇ ਸਿਕਿਉਰਟੀ ਐਡਵਾਈਜ਼ਰ ਆ ਖੂਬੀ ਰਾਮ ਅਤੇ ਇੱਕ ਮੰਤਰੀ ਆਪਸ ਦੇ ਇੱਕ ਦੂਜੇ ਦੇ ਗਲ ਪੈ ਗਏ ਆ, ਇੱਕ ਦੂਜੇ ਨੂੰ ਕਾਲਰ ਤੋਂ ਗਲਾਂ ਤੋਂ ਫੜ ਫੁੜ ਕੇ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਹੋਈ ਆ ਤੇ ਕਾਂਗਰਸ ਦੀ ਬਕਲਾਹਟ ਆ, ਕਾਂਗਰਸ ਦੀ ਚਿੰਤਾ। ਨਸ਼ੇ ਦੀ ਗੱਲ ਖਤਮ ਕਰਨ ਦੀ ਗੱਲ ਕਰਦੇ ਸੀ, ਅੱਜ ਸਾਡੀ ਟੀਮ ਨੇ ਜੀ ਇੱਕ ਪਟਿਆਲਾ ਦੇ ਵਿੱਚ ਇੱਕ ਸਟਿੰਗ ਕੀਤਾ ਤੇ ਉਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜਾ ਉੱਥੇ ਨਸ਼ਾ ਪਾਇਆ ਗਿਆ ਜੀ। ਫੇਲ ਹੋ ਗਈ ਜੀ ਸਰਕਾਰ, ਹਰ ਕੰਮ ਤੇ ਫੇਲ ਹੋ ਗਈ। ਝੂਠੇ ਵਾਅਦੇ, ਝੂਠੇ ਲਾਰਾਂ ਲਾਉਣ ਵਾਲੀ ਸਰਕਾਰ, ਕਿਸਾਨੀ ਕਰਜ਼ਾ ਮਾਫੀ, ਐਸੀ ਭਾਈਚਾਰੇ ਦੀ ਸਹੂਲਤ, ਮੁਲਾਜ਼ਮ ਵੀਰ ਨਾਲ ਵਾਅਦੇ, ਨੌਜਵਾਨਾਂ ਨਾਲ ਵਾਅਦੇ, ਨਸ਼ਿਆਂ ਦੇ ਵਾਅਦੇ ਤੇ ਹਰ ਮੁੱਦੇ ਤੇ ਸਰਕਾਰ ਆਪਦੇ ਵਾਅਦੇ ਤੋਂ ਭੱਜ ਗਈ ਆ, ਫੇਲ ਹੋ ਗਈ। ਬਿਲਕੁਲ, ਫਗਵਾੜਾ ਦੇ ਵਿੱਚ ਜਿਸ ਤਰ੍ਹਾਂ ਜੀ ਇੱਕ ਕਾਂਗਰਸੀ ਕੈਂਡੀਡੇਟ ਵੱਲੋਂ ਠੁਮਕੇ ਲਗਵਾਏ ਗਏ ਭੋਜਪੁਰੀ ਗਾਇਕਾ ਦੇ ਉੱਤੇ ਸਟੇਜ ਨੂੰ ਭੀੜ ਇਕੱਠਾ ਕਰਨ ਲਈ, ਕੋਈ ਨਾ ਜੀ ਇਹਨਾਂ ਦੇ ਠੁਮਕੇ ਲੱਗ ਜਾਣੇ 24 ਨੂੰ, ਤੁਸੀਂ ਨਿਸ਼ਚਿੰਤ ਰਹੋ, ਲੋਕਾਂ ਨੇ ਲਵਾ ਦੇਣੇ ਇਹਨਾਂ ਦੇ ਠੁਮਕੇ। ਮਾੜੀ ਗੱਲ ਹੈ ਜੀ, ਮਾੜੀ ਗੱਲ ਆ। ਸੱਭਿਅਤਾ, ਸਤਿਕਾਰ, ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ, ਇਹਦੀ ਬਰਕਰਾਰ ਰੱਖਣਾ ਤਾਂ ਸਾਡੇ ਸਭ ਦਾ ਫਰਜ਼ ਹੈ ਔਰ ਉਹਦੇ 'ਚ ਜੇ ਕੋਈ ਬਦਸਲੂਕੀ ਹੋਵੇ ਉਹ ਨਾ ਬਰਦਾਸ਼ਤ ਕਰੋ। ਜੀਰਾ ਬੋਲ ਰਿਹਾ ਜੀ ਤੁਹਾਡੇ ਬਾਰੇ, ਕੀ ਕਹਿ ਰਿਹਾ ਜੀ? ਬਾਰ ਬਾਰ ਇੱਕੋ ਇੱਕ ਤੁਹਾਨੂੰ ਉੱਥੇ। ਓਏ ਯਾਰ, ਮੇਰੇ ਨਾਲ ਕੋਈ ਪੂਰਾ MLA ਗੱਲ ਕਰੇ ਉਹਦੀ ਗੱਲ ਅਧੂਰੇ MLA ਦੀ, ਮੈਂ ਕੀ ਜਵਾਬ ਦੇਣਾ? ਬਿਲਕੁਲ ਜੀ, ਇਹ ਸੀ ਸਾਡੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਜੀ, ਜਿਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹਜੇ ਨਸ਼ਾ ਖਤਮ ਨਹੀਂ ਹੋਇਆ ਲੇਕਿਨ ਜਿਹੜਾ ਹਜੇ ਪੰਜਾਬ ਜਿਹੜੀ ਸਰਕਾਰ ਉਹ ਪੂਰੀ ਤਰ੍ਹਾਂ ਨਸ਼ੇ ਨੂੰ ਖਤਮ ਕਰਨ 'ਚ ਫੇਲ ਸਾਬਤ ਹੋ ਰਹੀ ਹੈ। ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖਰਲ, ਲਿਵਿੰਗ ਇੰਡੀਆ ਨਿਊਜ਼। ਇਸ ਦੌਰਾਨ ਫਿਲਹਾਲ ਛੋਟਾ ਜਿਹਾ ਬ੍ਰੇਕ ਲਵਾਂਗੇ, ਜਲਦੀ ਵਾਪਸ ਆ ਰਹੇ ਹਾਂ।